ਸਤਿ ਸ਼੍ਰੀ ਅਕਾਲ ਬਾਬਾ ਜੀ। ਬਾਬਾ ਜੀ, ਇੱਕ ਮੈਂ ਹੋਰ ਤੁਹਾਨੂੰ ਇੱਕ ਸਵਾਲ ਪੁੱਛਣਾ ਆ ਵੀ ਅੱਜ ਕੱਲ੍ਹ ਨਾ ਸਾਨੂੰ ਲੇਡੀਜ਼ ਨੂੰ ਜ਼ਿਆਦਾ ਮੋਟਾਪਾ ਅਸੀਂ ਮਹਿਸੂਸ ਵੀ ਕਰਦੇ ਹਾਂ, ਹਰ ਕੋਈ ਜਨਾਨੀ ਚਾਹੁੰਦੀ ਹੈ ਮੈਂ ਸੋਹਣੀ ਹੋਵਾਂ, ਮੇਰੀ ਫਿਗਰ ਹੋਵੇ, ਬੋਡੀ ਸਟਰਕਚਰ ਹੋਵੇ, ਮੋਟਾਪੇ ਬਾਰੇ ਕੁਝ ਦੱਸੋ ਸਾਨੂੰ। ਮੋਟਾਪਾ ਹੈ ਜੀ, ਪਹਿਲੀ ਗੱਲ ਤਾਂ ਸਾਨੂੰ ਘਰ ਦਾ ਖਾਣਾ ਖਾਣਾ ਚਾਹੀਦਾ। ਅੱਛਾ ਜੀ, ਜਿਹੜਾ ਬਾਜ਼ਾਰ ਦਾ ਖਾਣਾ ਖਾਂਦੇ ਹਾਂ ਅਸੀਂ, ਬਰਗਰ ਵਗੈਰਾ, ਪੀਜ਼ੇ ਵਗੈਰਾ, ਇਹਦੇ ਵਿੱਚ ਫੈਟ ਹੁੰਦਾ ਹੈ। ਕਿਤੇ ਮੰਨ ਲਓ ਪਾਤੀ ਉਹਦੇ ਵਿੱਚ ਇਹ ਦੇਖਿਆ ਵੀ ਹੋਟਲਾਂ ਦੇ ਵਿੱਚ ਆਲੂ ਜ਼ਿਆਦਾ ਖਾਂਦੇ ਹਾਂ, ਇਹ ਬਹਿ ਵਾਲੀਆਂ ਚੀਜ਼ਾਂ, ਤਲੀਆਂ ਚੀਜ਼ਾਂ, ਖੱਟੀਆਂ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਨੇ। ਔਰ ਸ਼ਾਮ ਦਾ ਖਾਣਾ ਘੱਟ ਕਰ ਲਓ, ਸ਼ਾਮ ਨੂੰ ਇਕੱਲਾ ਸਲਾਦ ਲੈ ਕੇ ਸੌਂ ਜਾਓ, ਖਾ ਕੇ ਸਲਾਦ, ਠੀਕ ਹੈ ਨੇ। ਅਤੇ ਬਾਕੀ ਇਹ ਹੈ ਵੀ ਇੱਕ ਨਾ ਲੇਡੀਜ਼ ਵਾਸਤੇ ਇਹ ਆਉਂਦੀ ਹੈ, ਇਹਨੂੰ ਅਵੋਟੋਲੀਨ ਕਿਹਾ ਜਾਂਦਾ। ਇਹ ਪਹਿਲਾਂ ਵੀ ਮੈਂ ਪਾਈ ਸੀ ਯੂਟਿਊਬ ਦੇ ਉੱਪਰ। ਅਵੋਟੋਲੀਨ ਇਹ ਲੇਡੀਜ਼ ਵਾਸਤੇ ਹੈ, ਝੰਡੂ ਕੰਪਨੀ ਦੀ ਹੈ, ਕੋਈ ਬਹੁਤੀ ਮਹਿੰਗੀ ਨਹੀਂ ਹੈ। ਹਰ ਇੱਕ ਸ਼ੌਪ ਤੋਂ ਮਿਲ ਜਾਊਗੀ? ਹਾਂਜੀ ਹਾਂ, ਇਹ ਪੰਸਾਰੀ ਕੋਲੋਂ ਮਿਲ ਜਾਂਦੀ ਹੈ, ਮੈਡੀਕਲ ਸਟੋਰ ਤੋਂ ਵੀ ਮਿਲ ਜਾਂਦੀ ਹੈ। ਤੇ ਇਹਦੇ ਮਤਲਬ ਇੱਕ ਇੱਕ ਚਮਚਾ ਕੋਸੇ ਪਾਣੀ ਚ ਪਾ ਕੇ ਖਾਣਾ ਖਾਣ ਤੋਂ ਮਗਰੋਂ ਲੈਣੀ ਚਾਹੀਦੀ ਹੈ। ਦੂਸਰਾ, ਸੌਂਫ, ਸਰਨਾਏ ਤੇ ਮਿਸਰੀ, ਤਿੰਨੋਂ ਚੀਜ਼ਾਂ ਬਰਾਬਰ ਲੈ ਲਓ, 100-100 ਗ੍ਰਾਮ ਲੈ ਲਓ ਸੌਂਫ, ਸਰਨਾਏ, ਮਿਸਰੀ। ਮਿਸਰੀ ਪਰ ਉਹਨੇ ਨਹੀਂ ਪਾਉਣੀ ਜਿਹਨੂੰ ਸ਼ੂਗਰ ਹੋਵੇ। ਤਿੰਨੇ ਚੀਜ਼ਾਂ ਨੂੰ ਰਗੜ ਕੇ ਇਹਦਾ ਅੱਧਾ ਅੱਧਾ ਚਮਚਾ 2 ਟਾਈਮ ਲਓ, ਇਹਦੇ ਨਾਲ ਪੇਟ ਵੀ ਸਾਫ਼ ਹੋ ਜਾਂਦਾ ਔਰ ਮੋਟਾਪਾ ਵੀ ਘੱਟਦਾ। ਜੇ ਜੇਂਟਸ ਦੇ ਉੱਤੇ ਮੋਟਾਪਾ, ਕਈ ਵਾਰੀ ਬੰਦਿਆਂ ਨੇ ਵੀ ਦੇਖਿਆ ਕਾਫ਼ੀ ਕਾਫ਼ੀ ਵੱਡੇ ਉਹਨਾਂ ਦੇ ਪੇਟ ਹੋਏ ਹੁੰਦੇ ਆ, ਉਹਨਾਂ ਵਾਸਤੇ ਇਹ ਪੁਨਰਵਾ ਰਿਸ਼ਟ ਹੈ, ਬੈਦਨਾਥ ਦੀ ਵੀ ਆਉਂਦੀ ਹੈ, ਹੋਰ ਕੰਪਨੀਆਂ ਦੀ ਵੀ ਆਉਂਦੀ ਹੈ। ਪੁਨਰਵਾ ਰਿਸ਼ਟ ਹੈ ਜਿਹੜੀ, ਇਹ 2-2 ਚਮਚੇ ਉਸੇ ਪਾਣੀ 'ਚ ਪਾ ਕੇ ਲੈਣ ਦੇ ਨਾਲ ਮੋਟਾਪਾ ਸਾਡਾ ਘੱਟ ਜਾਂਦਾ। ਸਾਦਾ ਖਾਓ, ਸੈਰ ਕਰੋ ਔਰ ਤੰਦਰੁਸਤ ਰਹੋ, ਖਾਣ ਦਾ ਲਾਲਚ ਨਾ ਕਰੋ। ਇੱਕ ਮਿੰਟ ਬਾਬਾ ਜੀ, ਮੈਂ ਪੁੱਛ ਰਹੀ ਹਾਂ, ਜੈਂਟਸ ਦੇ ਵਿੱਚ ਕਈ ਵਾਰੀ ਪੇਟ ਵੱਡਾ ਹੋਣਾ ਤਾਂ ਵੱਖਰੀ ਗੱਲ ਹੈ, ਕਈ ਵਾਰੀ ਲਟਕ ਜਾਂਦਾ। ਹਾਂਜੀ, ਸਹੀ ਗੱਲ ਹੈ, ਉਹਦੇ ਵਾਸਤੇ ਉਹ ਇਹ ਠੀਕ ਰਹੂ ਜੀ, ਇਹ ਜਿਹੜੀ 15 ਵਾਰ ਰਿਸ਼ਟ ਹੈ ਇਹ ਉਹਨੂੰ ਘਟਾਊਗੀ, ਲਾਜ਼ਮੀ ਕਾਫੀ ਜ਼ਿਆਦਾ ਘਟਾਊ। ਠੀਕ ਹੈ, ਸ਼ੂਗਰ ਵਾਲਾ ਵੀ ਲੈ ਸਕਦਾ ਇਹਨੂੰ? ਹਾਂ, ਸ਼ੂਗਰ ਵਾਲਾ ਲੈ ਸਕਦੇ। ਠੀਕ ਹੈ ਜੀ, ਥੈਂਕ ਯੂ ਬਾਬਾ ਜੀ। ਓਕੇ।